ਸੋ ਆਹ ਸਮ ਗ੍ਰਾਫੀਕਲ ਮੈਥਡ ਦਾ। ਸਭ ਤੋਂ ਪਹਿਲਾਂ ਆਪਾਂ ਕੀ ਕਰਨਾ, ਜੋ ਪਹਿਲਾ ਐਲੀਮੈਂਟ ਆ ਉਹਨੂੰ ਕਿਉਂ ਨਾਲ ਮਲਟੀਪਲਾਈ ਕਰਨੀ ਆ, ਪਲੱਸ ਜੋ ਦੂਜਾ ਐਲੀਮੈਂਟ ਪਿਆ ਇੱਧਰ ਉਹਨੂੰ 1 ਮਾਈਨਸ ਕਿਉਂ ਨਾਲ ਮਲਟੀਪਲਾਈ ਕਰਨੀ ਆ। ਸੋਲਵ ਕਰੋ, ਆਹ ਇੱਦਾਂ ਹੀ ਲਿਖਿਆ ਜਾਊ, ਪਲੱਸ 3 ਦੀ 1 ਆ ਕੀਤੀ 3, ਅਤੇ 3 ਦੀ ਮਾਈਨਸ ਕਿਉਂ ਨਾ ਕੀਤੀ ਮਾਈਨਸ 3 ਕਿਉਂ, ਤਾਂ ਕਿਉਂ ਵਾਲੇ ਸੋਲਵ ਕਰ ਦਿਓ, ਮਾਈਨਸ 4 ਕਿਉਂ, ਮਾਈਨਸ 3 ਕਿਉਂ, ਮਾਈਨਸ 7 ਕਿਉਂ, ਪਲੱਸ 3। ਇਹ ਆਪਣੀ ਇਕੁਏਸ਼ਨ ਪਹਿਲੀ ਬਣ ਗਈ। ਇੱਦਾਂ ਹੀ ਦੂਜੀ ਨੂੰ ਕਰਨਾ, ਤੀਜੀ ਨੂੰ ਕਰਨਾ, ਪੰਜੇ ਇਕੁਏਸ਼ਨਾਂ ਨੂੰ ਆਪਾਂ ਇੱਦਾਂ ਹੀ ਸੋਲਵ ਕਰਨਾ। ਤਾਂ ਜਦੋਂ ਤੁਸੀਂ ਸੋਲਵ ਕਰ ਲਓਗੇ ਤਾਂ ਉਸ ਤੋਂ ਬਾਅਦ ਆਪਾਂ ਗ੍ਰਾਫ ਬਣਾਉਣਾ। ਗ੍ਰਾਫ ਬਣਾਉਣ ਲਈ ਦੋ ਲਾਈਨਾਂ ਮਾਰੋ, ਸੈਂਟਰ ਸੈਂਟਰ 'ਚ 0 ਲਿਖ ਕੇ ਉੱਪਰ ਨੂੰ ਪੋਜ਼ਿਟਿਵ, ਥੱਲੇ ਨੈਗੇਟਿਵ, ਅਤੇ ਜਿਹੜਾ ਡਿਸਟੈਂਸ ਦਾ ਉਹ ਤੁਸੀਂ ਜਿਵੇਂ ਤੁਹਾਡੀ ਵੈਲਿਊਜ਼ ਆਈਆਂ ਉਸ ਦੇ ਹਿਸਾਬ ਨਾਲ ਲਿਖ ਲਓ। ਮੈਂ ਇੱਕ ਇੱਕ ਦਾ ਡਿਸਟੈਂਸ ਲਿਖਤਾ, ਬਹੁਤ ਹੈ ਇੱਕ ਇੱਕ ਦਾ। ਹੁਣ ਜੇ ਤਾਂ ਇਹ ਦੋ ਤਰ੍ਹਾਂ ਦਾ ਸਮ ਆਉਂਦਾ ਹੁੰਦਾ, ਮਤਲਬ ਜੇ ਤਾਂ ਜੋ ਆ ਦਿੱਤੀਆਂ ਆਪਾਂ ਨੂੰ ਰੋਜ਼ ਵੱਧਦਾ ਗਈਆਂ, ਤਾਂ ਜਿਹੜੀ ਵੈਲਿਊ ਆ, ਮਤਲਬ ਜਿਹੜੀ ਆਪਾਂ ਵੈਲਿਊ ਕੱਢ ਰਹੇ, ਉਹ ਥੱਲੇ ਬਣੂਗੀ, ਆ ਉੱਪਰ ਬਣੂਗੀ ਗ੍ਰਾਫ 'ਤੇ। ਜੇ ਕਿਤੇ ਆਪਾਂ ਨੂੰ ਕੋਲਮਸ ਵੱਧ ਦਿੱਤੇ ਹੁੰਦੇ, ਤਾਂ ਜਿਹੜੀ ਵੈਲਿਊ ਆ ਉਹ ਥੱਲੇ ਹੀ ਬਣੂਗੀ। ਵੈਲਿਊ ਵੇਖਣ ਲਈ ਜਦੋਂ ਆਪਾਂ ਗ੍ਰਾਫ ਵੇਖਾਂਗੇ, ਉੱਪਰ ਆਪਾਂ ਵੇਖਣੀ ਆ ਬੀ ਸ਼ੇਪ ਕਿਵੇਂ ਬਣਦੀ ਆ, ਅਤੇ ਜੋ ਬੀ ਸ਼ੇਪ ਮੇਰੀ ਇੱਥੇ ਆ ਬਣ ਰਹੀ ਆ, ਤਾਂ ਜਿਹੜਾ ਇਹਦਾ ਸੈਂਟਰ ਆ ਉਹ ਆਪਣੀ ਵੈਲਿਊ ਆਫ ਗੇਮ ਆ, ਵੈਲਿਊ ਆਫ ਗੇਮ ਨਹੀਂ, ਉਹ ਆਪਣੀ ਵੈਲਿਊ ਆਗੀ। ਆਹ ਜਿਹੜਾ ਮੇਰਾ ਸੈਂਟਰ ਬਣਦਾ ਬੀ ਸ਼ੇਪ ਦਾ, ਇਹ ਮੇਰੀ ਵੈਲਿਊ ਆਗੀ, ਮਿਨੀਮਮ ਵੈਲਿਊ ਇਹਦੇ ਲਈ ਤੁਸੀਂ ਅਪਰ ਐਨਵਲੂਪ। ਅਤੇ ਉਸ ਤੋਂ ਬਾਅਦ ਆਪਾਂ ਵੇਖਣਾ ਵੀ ਇਹ ਜਿਹੜੀ ਵੈਲਿਊ ਆਈ ਹੈ ਕਿਹੜੀਆਂ ਦੋ ਲੈਣਾ ਚੁਹਾਂ, ਮੇਰੀ ਪਹਿਲੀ ਲੈਣ ਅਤੇ ਪੰਜਵੀਂ ਲੈਣ, ਮੇਰੀ ਪੰਜਵੀਂ ਲੈਣਾ ਅਤੇ ਆਹ ਮੇਰੀ ਪਹਿਲੀ ਲੈਣਾ, ਇਹ ਦੋਵੇਂ ਲੈਣਾ ਦੇ ਵਿੱਚ ਬਣੀ ਹੈ ਵੈਲਿਊ ਸੈਂਟਰ। ਤਾਂ ਆਪਾਂ ਇਹ ਦੋਵੇਂ ਲੈਣਾ ਦੇ, ਇਹ ਦੋਵੇਂ ਲੈਣਾ ਦੀ ਵੈਲਿਊਜ਼ ਲੈਣੀ ਅੱਗੇ। ਮਤਲਬ ਪਹਿਲੀ ਲੈਣ ਦੀ ਵੈਲਿਊ ਸੀਗੀ ਮੇਰੀ ਮਾਈਨਸ 4 ਅਤੇ 3, ਅਤੇ ਜਿਹੜੀ ਪੰਜਵੀਂ ਉਹਦੀ ਮਾਈਨਸ 1 ਅਤੇ 6। ਇਹਨੂੰ ਇੱਦਾਂ ਲਿਖ ਲਓ। ਅਤੇ ਹੁਣ ਆਪਾਂ ਇਸ 'ਤੇ ਔਡਸ ਮੈਥਡ ਲਾਉਣਾ, ਜੋ ਕਿ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀਗਾ ਕਿਵੇਂ ਲੱਗਦਾ ਗਾ, ਚਲੋ ਇੱਕ ਵਾਰ ਫਿਰ ਦੱਸ ਦੇਣਾ। ਔਡਸ ਮੈਥਡ ਲਾਉਣ ਲਈ ਇਹਦੀ ਮਾਈਨਸ ਇੱਥੇ ਲਿਖੀ ਜਾਊ, ਇਹਦੀ ਇੱਥੇ, ਇਹਦੀ ਇੱਥੇ, ਇਹਦੀ ਇੱਥੇ, ਇਹ ਤੁਹਾਨੂੰ ਯਾਦ ਰੱਖਣਾ ਪਊ। ਉਸ ਤੋਂ ਬਾਅਦ ਇਹਨਾਂ ਨੂੰ ਸੋਲਵ ਕਰਕੇ ਹਮੇਸ਼ਾ ਪੋਜ਼ਿਟਿਵ ਆਊ, ਵੈਲਿਊ ਆਫ ਗੇਮ ਕੱਢਣੀ ਆ। ਇਹਦੀ ਮਲਟੀਪਲਾਈ ਇਹਦੇ ਨਾਲ ਥੱਲੇ ਦੋਨਾਂ ਦਾ ਪਲੱਸ, ਇਹਦੀ ਮਲਟੀਪਲਾਈ ਇਹਦੇ ਨਾਲ ਥੱਲੇ ਦੋਨਾਂ ਦਾ ਪਲੱਸ, ਤਾਂ ਉਹ ਤੁਹਾਡੀ ਵੈਲਿਊ ਆਫ ਗੇਮ ਆ ਜਾਊਗੀ। ਉਸ ਤੋਂ ਬਾਅਦ ਸਟ੍ਰੈਟਜੀਸ ਕੱਢਣੀ ਆ। ਹੁਣ ਆਹ ਆਪਣੇ ਕੋਲ ਵੈਸੇ ਤਾਂ ਇੱਥੇ ਦੋ ਰੂਆਂ, ਪਰ ਹੈ ਕਿਹੜੀਆਂ ਕਿਹੜੀਆਂ ਸੀ, ਇੱਕ ਪਹਿਲੀ ਅਤੇ ਇੱਕ ਪੰਜਵੀਂ। ਤਾਂ ਵੈਲਿਊ ਆਫ ਗੇਮ ਆਪਾਂ ਪਹਿਲੀ ਅਤੇ A1 ਅਤੇ A5 ਦੀ ਕੱਢਣੀ ਆ, ਜੋ ਬਚ ਗਏ A2 A3 ਉਹਨਾਂ ਦੀ 0 ਆ ਜਾਊ। ਤਾਂ A1 ਦੀ ਕੱਢਣ ਲਈ 5, ਥੱਲੇ ਦੋਨਾਂ ਦਾ ਪਲੱਸ, A5 ਦੀ ਕੱਢਣ ਲਈ 7, ਥੱਲੇ ਦੋਨਾਂ ਦਾ ਪਲੱਸ, ਜਿਵੇਂ ਕਿ ਆਹ ਆ ਗਈਆਂ ਮੇਰੀਆਂ, ਬਾਕੀ ਸਾਰੀਆਂ 0 ਆ ਗਈਆਂ। B ਦੀ ਕੱਢਣ ਲਈ B1 ਆ ਪਿਆ, 9 ਸੀ, 9 ਉੱਪਰ, ਥੱਲੇ ਦੋਨਾਂ ਦਾ ਪਲੱਸ, 9/9+3, 9/12, ਐਂ B2 ਦੀ ਕੱਢ ਲੈਣੀ ਆ ਗਈ। ਤਾਂ ਬਸ ਇੱਥੇ ਵੈਲਿਊ ਆਫ ਗੇਮਸ ਨਿਕਲ ਜੂ, ਇੰਨੀ ਸਮ ਆ, ਇਸ ਤੋਂ ਬਾਅਦ ਕੁਛ